ਪੰਜਾਬੀ ਸਿਹਤ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਧਨੀਏ ਰਾਹੀਂ ਘਰੇਲੂ ਇਲਾਜ ਦੇ ਬਾਰੇ ਧਨੀਏ ਰਾਹੀਂ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਘਰੇਲੂ ਇਲਾਜ ਕਰ ਸਕਦੇ ਹਾਂ ਧਨੀਆ ਗੈਸ ਦੀ ਸਮੱਸਿਆ ਵਿੱਚ ਵੀ ਫਾਇਦੇਮੰਦ ਹੁੰਦਾ ਹੈ ਗੈਸ ਦੀ ਸਮੱਸਿਆ ਹੋਣ ਤੇ 2 ਚਮਚ ਸੁੱਕਾ ਧਨੀਆ 1 ਗਲਾਸ ਪਾਣੀ ਵਿੱਚ ਉਬਾਲ ਕੇ ਚੰਗੀ ਤਰ੍ਹਾਂ ਨਾਲ ਪੋਣ ਲਓ ਇਸ ਪਾਣੀ ਨੂੰ ਬਰਾਬਰ ਮਾਤਰਾ ਵਿੱਚ ਤਿੰਨ ਵਾਰ ਪੀਣ ਨਾਲ ਗੈਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਧਨੀਆ ਬਦਾਹਜਮੀ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਜਿਸ ਨੂੰ ਜੇਕਰ ਭੋਜਨ ਨਾ ਪਚਦਾ ਹੋਵੇ ਜਲਦੀ ਹੀ ਮਲਤਿਆਗ ਨੂੰ ਜਾਣਾ ਪੈਂਦਾ ਹੋਵੇ ਉਸ ਨੂੰ 60 ਗ੍ਰਾਮ ਸੁੱਕਾ ਧਨੀਆ ਅਤੇ 25 ਗ੍ਰਾਮ ਕਾਲੀ ਮਿਰਚ ਅਤੇ ਇਸ ਵਿੱਚ 25 ਗ੍ਰਾਮ ਨਮਕ ਮਿਲਾ ਕੇ ਇਹਨਾਂ ਤਨਾ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਵੋ ਭੋਜਨ ਕਰਨ ਤੋਂ ਬਾਅਦ ਅੱਧਾ ਚਮਚ ਹਰ ਰੋਜ਼ ੱਕੀ ਮਾਰਨ ਨਾਲ ਬਦਾਹਜਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਸਿਰਦਰਦ ਦੀ ਸਮੱਸਿਆ ਸੈਨੂ ਦੂਰ ਕਰਨ ਲਈ ਸੁੱਕਾ ਧਨੀਆ 10 ਗ੍ਰਾਮ ਅਤੇ ਸੁੱਕਾ ਔਲਾ 5 ਗ੍ਰਾਮ ਜੋ ਕਿ ਗੁਠਲੀ ਤੋਂ ਬਗੈਰ ਹੋਵੇ ਰਾਤ ਨੂੰ ਮਿੱਟੀ ਦੇ ਇੱਕ ਬਰਤਨ ਵਿੱਚ ਇੱਕ ਗਲਾਸ ਪਾਣੀ ਵਿੱਚ ਭਿਉ ਕੇ ਰੱਖ ਦਿਓ ਸਵੇਰੇ ਇਹਨਾਂ ਦੋਵੇਂ ਚੀਜ਼ਾਂ ਨੂੰ ਮਲ ਕੇ ਅਤੇ ਇਸ ਵਿੱਚ ਮਿਸ਼ਰੀ ਮਿਲਾ ਕੇ ਪੀਣ ਲਵੋ ਅਤੇ ਇਸ ਦਾ ਸੇਵਨ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਜੇਕਰ ਨੀਂਦ ਨਾ ਆਉਂਦੀ ਹੋਵੇ ਤਾਂ ਇਸ ਸਮੱਸਿਆ ਵਿੱਚ ਹਰਾ ਧਨੀਆ ਪੀਸ ਕੇ ਉਸ ਵਿੱਚ ਚੀਨੀ ਅਤੇ ਪਾਣੀ ਨੂੰ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਬਹੁਤ ਵਧੀਆ ਨੀਂਦ ਆਉਂਦੀ ਹੈ ਜੇਕਰ ਅੱਖਾਂ ਅੱਗੇ ਹਨੇਰਾ ਆਉਂਦਾ ਹੋਵੇ ਜਾਂ ਸਿਰਦਰਦ ਦੀ ਸਮੱਸਿਆ ਹੋਵੇ ਤਾਂ ਉਹ ਵੀ ਦੂਰ ਹੋ ਜਾਂਦੀ ਹੈ ਜੇਕਰ ਹਰੇ ਧਨੀਏ ਦੀ ਚਟਣੀ ਬਣਾ ਕੇ ਖਾਧੀ ਜਾਵੇ ਤਾਂ ਇਸ ਨਾਲ ਵੀ ਬਹੁਤ ਵਧੀਆ ਨੀਂਦ ਆ ਜਾਂਦੀ ਹੈ ਉਲਟੀ ਦੀ ਸਮੱਸਿਆ ਹੋਣ ਤੇ ਸੁੱਕਾ ਜਾਂ ਹਰਾ ਧਨੀਆ ਕੁੱਟ ਕੇ ਉਸ ਦਾ ਪਾਣੀ ਨਿਚੋੜ ਕੇ ਪੰਜ ਚਮਚ ਵਾਰ-ਵਾਰ ਪੀਣ ਨਾਲ ਉਲਟੀ ਆਉਣੀ ਰੁਕ ਜਾਂਦੀ ਹੈ ਇਸ ਲਈ ਧਨੀਆ ਉਲਟੀ ਦੀ ਸਮੱਸਿਆ ਵਿੱਚ ਵੀ ਫਾਇਦੇਮੰਦ ਹੁੰਦਾ ਹੈ ਧਨੀਏ ਦੀ ਵਰਤੋਂ ਕਰਕੇ ਅਸੀਂ ਪੇਟ ਦੇ ਰੋਗ ਵੀ ਪੇਟ ਦੇ ਰੋਗਾਂ ਦਾ ਵੀ ਘਰੇਲੂ ਇਲਾਜ ਕਰ ਸਕਦੇ ਹਾਂ ਕਬਜ ਵਿੱਚ ਹਰਾ ਧਨੀਆ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਚਟਨੀ ਬਣਾ ਕੇ ਚਟਣ ਨਾਲ ਲਾਭ ਮਿਲਦਾ ਹੈ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ ਜੇਕਰ ਉਲਟੀਆਂ ਆਉਣ ਦੀ ਸਮੱਸਿਆ ਹੋਵੇ ਤਾਂ ਸੁੱਕਾ ਜਾਂ ਹਰਾ ਧਨੀਆ ਕੁੱਟ ਕੇ ਦਾ ਪਾਣੀ ਨਿਚੋੜ ਕੇ 5 ਚਮਚੇ ਵਾਰ-ਵਾਰ ਪੀਣ ਨਾਲ ਉਲਟੀਆਂ ਰੁਕ ਜਾਂਦੀ ਹੈ ਧਨੀਏ ਨੂੰ ਪੀਸ ਕੇ ਮਿਸ਼ਰੀ ਵਿੱਚ ਮਿਲਾ ਕੇ ਠੰਡੇ ਪਾਣੀ ਨਾਲ ਸੇਵਨ ਕਰਨ ਨਾਲ ਸੁਪਨ ਦੋਸ਼ ਅਤੇ ਪਿਸ਼ਾਬ ਦੀ ਜਲਨ ਦੀ ਸਮੱਸਿਆ ਦੂਰ ਹੁੰਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਾਮਵਾਸਤਾ ਨਾ ਸਤਾਏ ਤਾਂ 12 ਗ੍ਰਾਮ ਸੁੱਕਾ ਧਨੀਆ ਪੀਸ ਕੇ ਪਾਣੀ ਨਾਲ ਮਿਲਾ ਕੇ ਕੁਝ ਦਿਨ ਲਗਾਤਾਰ ਪੀਣਾ ਚਾਹੀਦਾ ਹੈ ਸੁੱਕਾ ਧਨੀਆ ਕੁੱਟ ਕੇ ਪੀਸ ਕੇ ਚੰਗੀ ਤਰ੍ਹਾਂ ਨਾਲ छान ਲਓ ਇਸ ਵਿੱਚ ਬਰਾਬਰ ਮਾਤਰਾ ਵਿੱਚ ਪੀਸੀ ਹੋਈ ਖੰਡ ਮਿਲਾਓ ਸਵੇਰੇ ਭੁੱਖੇ ਪੇਟ ਰਾਤ ਦੇ ਬਾਸੇ ਪਾਣੀ ਨਾਲ ਇੱਕ ਚਮਚ ਫੱਕੀ ਲਵੋ ਅਤੇ 1 ਘੰਟੇ ਤੱਕ ਉਸ ਤੋਂ ਬਾਅਦ ਕੁਝ ਵੀ ਨਾ ਖਾਓ ਇਸੇ ਤਰ੍ਹਾਂ ਇੱਕ ਖਰਾਕ ਸ਼ਾਮ ਨੂੰ 5 ਵਜੇ ਸਵੇਰ ਦੇ ਬਾਸੇ ਪਾਣੀ ਨਾਲ ਲਵੋ ਜੇਕਰ ਕਬਜ ਹੋਵੇ ਤਾਂ ਰਾਤ ਨੂੰ ਸੌਂਦੇ ਵਕਤ 2 ਚਮਚ ਈਸਬ ਗੋਲ ਦਾ ਸਿਲਕਾ ਗਰਮ ਦੁੱਧ ਦੇ ਨਾਲ ਸੇਵਨ ਕਰੋ ਇਸ ਨਾਲ ਸੁਪਨਦੋਸ਼ ਬਹੁਤ ਜਲਦੀ ਠੀਕ ਹੋ ਜਾਂਦਾ ਹੈ ਪਿਸ਼ਾਬ ਦੀ ਜਲਨ ਵੀ ਦੂਰ ਹੁੰਦੀ ਹੈ ਹਰਾ ਧਨੀਆ ਖਾਣ ਨਾਲ ਮੂੰਹ ਵਿੱਚੋਂ ਬਦਬੂ ਔਣੀ ਵੀ ਬੰਦ ਹੋ ਜਾਂਦੀ ਹੈ ਜੇਕਰ ਕਿਸੇ ਨੂੰ ਮੂੰਹ ਚੋਂ ਬਦਬੂ ਆਉਣ ਦੀ ਸਮੱਸਿਆ ਹੋਵੇ ਤਾਂ ਉਸ ਨੂੰ ਖਾਣਾ ਖਾਣ ਤੋਂ ਬਾਅਦ ਹਰਾ ਧਨੀਆ ਚਬਾਉਣਾ ਚਾਹੀਦਾ ਹੈ ਇਸ ਨਾਲ ਮੂੰਹ ਚੋਂ ਆ ਰਹੀ ਬਦਬੂ ਦੂਰ ਹੋ ਜਾਂਦੀ ਹੈ ਅਤੇ ਮੂੰਹ ਚੋਂ ਵਧੀਆ ਖੁਸ਼ਬੂ ਆਉਣ ਲੱਗਦੀ ਹੈ ਜੇਕਰ ਕਿਸੇ ਨੂੰ ਨਕਸੀਰ ਦੀ ਸਮੱਸਿਆ ਹੋਵੇ ਤਾਂ ਧਨੀਆ ਰਾਤ ਨੂੰ ਭਿਉਂ ਕੇ ਰੱਖ ਦਿਓ ਸਵੇਰੇ ਪੀਸ ਕੇ ਮਿਸ਼ਰੀ ਮਿਲਾ ਕੇ ਪੀਣ ਨਾਲ ਨਕਸੀਰ ਫੁੱਟਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ 10 ਕਿਸ਼ਮਿਸ਼ 2 ਚਮਚ ਸੁੱਕਾ ਧਨੀਆ ਅਤੇ ਇੰਨੀ ਹੀ ਮਾਤ ਤਰਾ ਵਿੱਚ ਮਿਸ਼ਰੀ ਇੱਕ ਕੱਚ ਦੇ ਗਲਾਸ ਵਿੱਚ ਭਿਉਂ ਕੇ ਰੱਖ ਦਿਓ ਇਸ ਨੂੰ ਪੀਸ ਕੇ ਇਸ ਹੀ ਪਾਣੀ ਵਿੱਚ ਛਾਣ ਕੇ ਸਵੇਰੇ ਪੀਣ ਨਾਲ ਨਕਸੀਰ ਫੁੱਟਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਜੇਕਰ ਪਿਸ਼ਾਬ ਕਰਦੇ ਸਮੇਂ ਜਲਨ ਹੋਣ ਦੀ ਸਮੱਸਿਆ ਹੋਵੇ ਤਾਂ ਧਨੀਆ ਅਤੇ ਔਲਾ ਰਾਤ ਨੂੰ ਭਿਉਂ ਕੇ ਸਵੇਰੇ ਮਲ ਕੇ ਉਸ ਪਾਣੀ ਨੂੰ ਪੀਣ ਨਾਲ ਪਿਸ਼ਾਬ ਦੀ ਜਲਨ ਠੀਕ ਹੋ ਜਾਂਦੀ ਹੈ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਸੀਂ ਰੋਜ਼ਾਨਾ ਸਿਹਤ ਸੰਬੰਧੀ ਅਹੀਆ ਵੀਡੀਓ ਇਸ ਚੈਨਲ ਤੇ ਅਪਲੋਡ ਕਰਦੇ ਰਹਿੰਦੇ ਰਹੇਗਾ